ਗੁਰਦਾਸਪੁਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ 25 ਸਾਲਾਂ ਨੌਜਵਾਨ ਕਰਮਨਜੀਤ ਸਿੰਘ ਜੋ ਆ UK ਪੜ੍ਹਾਈ ਕਰਨ ਦੇ ਲਈ ਗਿਆ ਸੀ, ਜਿੱਥੇ ਉਸਦੀ ਜਿਹੜੀ ਆ ਉਹ ਅਚਾਨਕ ਹੀ ਮੌਤ ਹੋ ਜਾਂਦੀ ਆ। ਸੋ ਪਰਿਵਾਰਿਕ ਮੈਂਬਰਾਂ ਦੇ ਕਹਿਣ ਦੇ ਮੁਤਾਬਕ ਕਰਮਨਜੀਤ ਜਿਹੜਾ 2020 ਵਿੱਚ UK ਜਿਹੜਾ ਉਹ ਸਟੱਡੀ ਬੇਸ 'ਤੇ ਗਿਆ ਸੀ, ਉੱਥੇ ਕੰਮ ਕਰਨ ਦੇ ਦੌਰਾਨ ਜਿਹੜੀ ਆ ਉਸਦੀ 12 ਦਸੰਬਰ ਨੂੰ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਅੰਬੈਸੀ ਵਾਲਿਆਂ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ, ਜਿਸ ਤੋਂ ਬਾਅਦ ਪਰਿਵਾਰ ਵਿੱਚ ਇੱਕ ਗਮ ਦਾ ਜਿਹੜਾ ਮਾਹੌਲ ਆ, ਸਾਰੇ ਹੀ ਪਰਿਵਾਰਿਕ ਮੈਂਬਰ ਜਿਹੜੇ ਆ ਬਹੁਤ ਦੁਖੀ ਹਨ, ਕਿਉਂਕਿ ਸਰਕਾਰਾਂ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਵਿੱਚ ਆਪਾਂ ਰੁਜ਼ਗਾਰ ਪੈਦਾ ਕਰਾਂਗੇ, ਪਰ ਰੁਜ਼ਗਾਰ ਨਾ ਹੋਣ ਕਰਕੇ ਅਕਸਰ ਹੀ ਨੌਜਵਾਨ ਜਿਹੜੇ ਆ ਉਹ ਵਿਦੇਸ਼ਾਂ ਵਿੱਚ ਜਾਂਦੇ ਆ, ਜਿਸ ਕਰਕੇ ਇਹੋ ਜਿਹੀਆਂ ਘਟਨਾਵਾਂ ਆਏ ਦਿਨ ਹੀ ਵਾਪਰਦੀਆਂ ਰਹਿੰਦੀਆਂ ਨੇ। ਸੋ ਪਰਿਵਾਰਿਕ ਮੈਂਬਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਜਿਹੜਾ ਲੜਕਾ ਵਾ ਕਦੋਂ ਗਿਆ ਸੀ ਅਤੇ ਕੀ ਗੱਲਬਾਤ ਹੋਈ ਸੀ ਸਾਰੀ, ਕਿਉਂਕਿ ਜਦੋਂ ਅੰਬੈਸੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਉਹਨਾਂ ਦੇ ਕਹਿਣ ਦੇ ਮੁਤਾਬਿਕ ਕੰਮ ਦੌਰਾਨ ਉਸਦੀ ਮੌਤ ਹੋ ਗਈ ਸੀ। ਸੋ ਆਪਾਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਅਤੇ ਸਰਕਾਰ ਨੂੰ ਜਿਹੜੀ ਆ ਉਹ ਕੀ ਅਪੀਲ ਕਰਨਾ ਚਾਹੁੰਦੇ ਨੇ। ਗੱਲਬਾਤ ਇਸ ਤਰ੍ਹਾਂ ਇਹ ਹੈ, ਬੇਟੇ ਨੇ ਪਲੱਸ ਟੂ ਕੀਤੀ ਸੀ ਮੈਡੀਕਲ 'ਚ, ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜ਼ੇ 'ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ, ਅਤੇ ਸਵਾ ਤਿੰਨ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ। ਅਤੇ 15 ਤਰੀਕ ਨੂੰ 15-12 ਨੂੰ ਸਾਨੂੰ ਫੋਨ ਆਇਆ 4:30 ਉਹਦੀ ਮੌਤ ਹੋ ਗਈ। ਉੱਥੇ ਕੀ ਨਾਮ ਹੈ ਬੇਟੇ ਦਾ? ਬੇਟੇ ਦਾ ਨਾਮ ਕਰਮਨਜੀਤ ਸਿੰਘ। ਉਮਰ ਉਹਦੀ 25-26 ਸਾਲ ਲੱਗਾ ਉਹਨੂੰ ਹਜੇ। ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ, ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ, ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਅਤੇ ਕੰਮ ਕਰਦਿਆਂ ਉੱਤੇ ਦੀਵਾਰ ਜਿਹੜੀ ਆ ਉਹ ਡਿੱਗ ਗਈ ਆ ਅਤੇ ਦੀਵਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣ ਨਾਲ ਮੌਤ ਹੋ ਗਈ। ਹਾਂ, ਸਾਡੀ ਮੰਗ ਤਾਂ ਇਹੀ ਹੈ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜਾਵੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ। ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿੱਦਾਂ ਮਤਲਬ ਮਾਣਯੋਗ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ NRA ਮਿਨਿਸਟਰ, ਉਹਨਾਂ ਨਾਲ ਵੀ ਗੱਲ ਹੋਈ, ਉਹਨਾਂ ਵੀ ਬੜਾ ਭਰੋਸਾ ਦਵਾਇਆ ਕਿ ਛੇਤੀ ਤੋਂ ਛੇਤੀ ਅਸੀਂ ਮਤਲਬ ਡੈੱਡ ਬੋਡੀ ਨੂੰ ਪਹੁੰਚਾ ਦਿਆਂਗੇ। ਅਤੇ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ਼੍ਰੀ ਰਮਨ ਬਹਿਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ, ਇਹੀ ਕਰ ਰਹੇ ਨੇ ਜ਼ਿਆਦਾ। ਅਤੇ ਮਾਨਯੋਗ ਸ਼੍ਰੀ ਲਾਲ ਚੰਦ ਕਟਾਰੂ ਚੱਕ ਨਾਲ ਵੀ ਗੱਲ ਹੋਈ ਆ ਫੋਨ 'ਤੇ, ਉਹਨਾਂ ਵੀ ਮੈਨੂੰ ਬਹੁਤ ਭਰੋਸਾ ਦਵਾਇਆ ਵੀ ਅਸੀਂ ਇਹ ਜਿਹੜਾ ਦੁੱਖ ਆ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਅਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਹੁੰਚਾਉਣ ਦੇ ਜ਼ਿੰਮੇਵਾਰ ਹੋਵਾਂਗੇ। ਇਹ ਕਰਮਨਜੀਤ 26 ਸਾਲ 3 ਸਾਲ 3 ਮਹੀਨੇ ਹੋਇਆ ਉਹਨਾਂ ਨੂੰ, ਉਹ ਇੰਗਲੈਂਡ ਗਿਆ ਸੀ ਲੰਡਨ 'ਚ ਸਾਊਥ ਵੱਲ। ਬਾਰਾਂ ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ, ਅਤੇ 15 ਨੂੰ ਪਤਾ ਲੱਗਾ ਹੈ ਕਿ ਕੰਮ ਕਰਕੇ ਨੀਚੇ ਆਇਆ ਵਾ, ਦੀਵਾਰ ਡਿੱਗ ਗਈ ਉਹਦੇ 'ਤੇ। ਹੁਣ ਇਹ ਨਹੀਂ ਪਤਾ ਕਿ ਉਸ ਟਾਈਮ 'ਤੇ ਮੌਤ ਹੋ ਗਈ ਆ ਜਾਂ ਹੋਸਪਿਟਲ ਜਾ ਕੇ ਹੋਈ ਹੈ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਅਸੀਂ ਉਹਨੂੰ ਆਉਣ ਵੱਲੋਂ ਕਹਿੰਦੇ ਸੀ, ਉਹ ਕਹਿੰਦੇ ਮੈਂ ਮਾਤਾ ਮੈਂ ਇੱਥੇ ਹੀ ਖੁਸ਼ ਹਾਂ, ਮੈਂ ਇੰਡੀਆ ਆਵਾਂਗਾ 24 ਵਿੱਚ ਆਵਾਂਗਾ, ਪਰ 24 ਤੋਂ ਪਹਿਲਾਂ ਹੀ ਇਸ ਤਰ੍ਹਾਂ ਹੋ ਗਿਆ। ਰਮਨ ਪਹਿਲੀ ਆਇਆ, ਹੋਰ ਕੋਈ ਨਹੀਂ ਆਇਆ।
ਉਹਨਾਂ ਨੇ ਤੇ ਇਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਪਹੁੰਚਾਈ ਜਾਏਗੀ। ਮੈਂ ਤਾਂ ਇਹੀ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੌਬਤੀ ਨਾ ਆਵੇ ਕੋਈ। ਪ੍ਰਸ਼ਾਸਨ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ। ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ 'ਚ ਗਿਆ ਸੀਗਾ, ਉੱਥੇ ਉਹਨਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਆ ਦੀਵਾਰ ਡਿੱਗਣ ਕਰਕੇ। ਛੱਬੀਵਾਂ ਸਾਲ ਲੱਗਾ ਸੀ ਬੇਟੇ ਨੂੰ। ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉੱਥੋਂ ਐਮਐਸਸੀ ਵੱਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ, ਹੁਣ ਮੌਤ ਕਿੱਦਾਂ ਹੋਈ ਆ, ਇਲਾਜ ਹਸਪਤਾਲ ਜਾ ਕੇ ਹੋਈ ਆ ਕਿ ਜਾਂ ਐਂਡ ਮੌਕੇ 'ਤੇ ਹੋਈ ਹੈ, ਇਸ ਬਾਰੇ ਨਹੀਂ ਪਤਾ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈਡ ਬੋਡੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਿਮ ਸੰਸਕਾਰ ਕਰ ਸਕੀਏ। ਸਰਕਾਰ ਅੱਗੇ ਅਪੀਲ ਕਰਦੇ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣ ਅਤੇ ਇੱਦਾਂ ਦੀ ਘਟਨਾ ਨਾ ਵਾਪਰੇ। ਹਾਂਜੀ, ਉੱਧਰੋਂ ਅੰਬੈਸੀ ਨਾਲ ਫੋਨ ਇੱਕ ਦੋ ਵਾਰਾਂ ਹੋਇਆ ਸਾਡਾ, ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ, ਇਨਵੈਸਟੀਗੇਸ਼ਨ ਚੱਲ ਰਹੀ ਆ, ਇਸ ਕਰਕੇ ਡੈਡ ਬੋਡੀ ਸਾਡੀ ਜਿਹੜੀ ਆ ਜਲਦੀ ਤੋਂ ਜਲਦੀ ਘਰ ਪਹੁੰਚਾਉਣ ਦੀ ਮਦਦ ਕੀਤੀ ਜਾਏ ਸਾਡੀ। ਤਾਂ ਘਟਨਾ